ਕੇਸ ਪਹੁੰਚੀ ਹੈ ਤੇ ਆਮ ਐਕਸਟ੍ਰੀਮਲੀ ਵੈਰੀ ਵੈਰੀ ਸੌਰੀ ਐਕਸਟ੍ਰੀਮਲੀ ਵੈਰੀ ਵੈਰੀ ਸੌਰੀ ਸ਼ੇਬਸ਼ਨਾ ਆਗੂ ਹਰਵਿੰਦਰ ਸੋਨੀ ਵੱਲੋਂ ਜਿੱਦਨ ਬੰਦ ਦੀ ਕੋਲ ਸੀ ਸੂਰੀ ਕਤਲ ਕੇਸकांड ਵਿੱਚ ਉਸ ਦਿਨ ਉਹਨੇ ਇੱਕ ਭੱਦੀ ਸ਼ਬਦਾਵਲੀ ਦੇ ਵਿੱਚ ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਉਹਨੇ ਸਾਡੇ ਸਰਵੋੱਚ ਜਿਹੜੀ ਸਿੱਖਾਂ ਦੀ ਸੁਪਰੀਮ ਆ ਸ਼੍ਰੀ ਅਕਾਲ ਤਰ ਸਹਿਬ ਨੂੰ ਨਿਸ਼ਾਨਾ ਰੱਖਦੇ ਹੋਏ ਉਹਨੇ ਕਿਹਾ ਸੀ ਵੀ ਇਹਨਾਂ ਅੱਤਵਾਦੀਆਂ ਨੂੰ ਅੱਤਵਾਦੀਆਂ ਮੈਂ ਸਵਾਲ ਕਰਦਾ ਵੀ ਅੱਤਵਾਦੀ ਕਿਹਨਾਂ ਨੂੰ ਕਿਹਾ ਗਿਆ ਅੱਤਵਾਦੀ ਭਾਈ ਅਮਰਤਪਾਲ ਸਿੰਘ ਰਾਣੂ ਅੱਤਵਾਦੀ ਬਿਵਾਰਸ ਪੰਜਾਬ ਦੀ ਜਥੇਬੰਦੀ ਜਾਂ ਜਿਹੜੇ ਅਮਰਤਪਾਲਾ ਘਰ ਘਰ ਦੇ ਵਿੱਚੋਂ ਨਸ਼ੇ ਕੱਢ ਕੱਢ ਨਸ਼ੇ ਜਿਹੜੇ ਮੁੰਡੇ ਨੌਜਵਾਨ ਜਿਹੜੇ ਨਸ਼ੇ ਵਿੱਚ ਗੁਲਤਾਨ ਹੋ ਰਹੇ ਉਹਨਾਂ ਨੂੰ ਨਸ਼ਿਆਂ ਤੋਂ ਬਿਜਾ ਕੇ ਤੇ ਗੁਰਸਿੱਖੀ ਦੇ ਰਾਹ ਵੱਲ ਤੋਰੇ ਤੇ ਅਮਰਸੰਚ ਸ਼ਿਕਾਰੇ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਨਾਲ ਨੂੰ ਲੱਖਾਂ ਹਜ਼ਾਰਾਂ ਹਿੰਦੂਆਂ ਕੀ ਸਾਰਿਆਂ ਕੀ ਮੁਸਲਮਾਨਾਂ ਦਾ ਸਾਰਿਆਂ ਦਾ ਪਿਆਰ ਮਿਲ ਰਿਹਾ ਵਾ ਤੇ ਇਹ ਸੇਵਸ਼ਨਾ ਦੇ ਆਗੂ ਸੂਰੀ ਵੱਲੋਂ ਕਿਹਾ ਗਿਆ ਇਹਨਾਂ ਅੱਤਵਾਦੀਆਂ ਨੂੰ ਅਹੇ ਪ੍ਰਸ਼ਾਸ਼ਨ ਜਿਹੜਾ ਵਾ ਨਾਥ ਪਾਵੇ ਨਹੀਂ ਤੇ ਆਪਾਂ ਦੁਬਾਰਾ ਅਕਾਲ ਤਰ ਸਾਹਿਬ ਤੇ ਦੁਬਾਰਾ ਹਰਮੰਦਰ ਸਾਹਿਬ ਤੇ ਟੈਕ ਕਰਾਂਗੇ ਤੇ ਸਿੱਖਾਂ ਵਾਸਤੇ ਜਿਵੇਂ ਮੁਸਲਮਾਨਾਂ ਤੋਂ ਮੱਕੇ ਤੋਂ ਪੜੇ ਉਜਾਰਾ ਤੇ ਸਾਡੇ ਵਾਸਤੇ ਸ੍ਰੀ ਹਰਮੰਦਰ ਸਾਹਿਬ ਅਕਾਲ ਤਰ ਸਾਹਿਬ ਦਰਬਾਰ ਸਾਹਿਬ ਤੋਂ ਪਰੇ ਉਜਾਰੀ ਜਾੜਾ ਆਪਾਂ ਦੂਜੀਆਂ ਚੀਜ਼ਾਂ ਬਰਦਾਸ਼ਤ ਕਰ ਲਾਂਗੇ ਆਪਣੇ ਤੇ ਸੀਨੇ ਤੇ ਫੱਟ ਬਰਦਾਸ਼ਤ ਕਰ ਲਾਂਗੇ ਪਰ ਸ੍ਰੀ ਦਰਬਾਰ ਸਾਹਿਬ ਤੇ ਜਿਹੜੀ ਵੀ ਮਾੜੀ ਉਂਗਲੀ ਉਠੇਗੀ ਉਹਦੀ ਉਂਗਲੀ ਕੀ ਉਹਦੀਆਂ ਅੱਖਾਂ ਕੱਢ ਲਾਂਗੇ ਤੇ ਆਪਾਂ ਇੱਥੇ ਐਸਐਸਪੀ ਦਫਤਰ ਆ ਜਾਈ ਸੀ ਮਾਨਯੋਗ ਐਸਐਸਪੀ ਸਾਹਿਬ ਇਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਵਧੀਆ ਚੱਲੋ ਕੀਤਾ ਉਦੋਂ ਇਸਾਈਆਂ ਵਾਲੇ ਮਸਲਿਆਂ 'ਚ ਵੀ ਹੁਣ ਵੀ ਆਪਾਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਆਂ ਆਪਾਂ ਇਹਨਾਂ ਕੋਈ ਮੰਗ ਮੰਗ ਪੱਤਰਾਂ ਤੇ ਬਹੁਤਾ ਵਿਸ਼ਵਾਸ ਨਹੀਂ ਰੱਖਦੇ ਤੇ ਨਾ ਹੀ 20-25 ਸਾਲ ਹੋ ਗਏ ਸਾਨੂੰ ਮੰਗ ਪੱਤਰ ਕਦੀ ਕੋਹ ਦੇ ਦਿਓ ਕਦੀ ਕੋਹ ਦੇ ਦਿਓ ਇਹ ਮੰਗ ਪੱਤਰਾਂ ਦੇ ਵਿੱਚ ਕੁਝ ਨਹੀਂ ਨਿਬੜਦਾ ਆਪਾਂ ਇੱਥੇ ਪੱਕਾ ਮੋਰਚਾ ਲਾਉਣ ਨੂੰ ਤਿਆਰ ਆਂ ਐਸਐਸਪੀ ਸਾਹਿਬ ਨੂੰ ਟਾਈਮ ਦਿੱਤਾ ਵਾ ਕਿ ਜੇ ਪੰਜ ਚਾਰ 7 ਘੰਟੇ ਤੱਕ ਜੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਇਸ ਆਗੂ ਨੂੰ ਅੰਦਰ ਕਰਕੇ ਤੇ ਜੇਲ੍ਹ ਦੇ ਵਿੱਚ ਨਾ ਸੁਟਿਆ ਪਿਆ ਤੇ ਆਪਾਂ ਇੱਕ ਵੱਡਾ ਸੰਘਰਸ਼ ਮਿਥਾਂਗੇ ਤੇ ਨਾਲ ਹੀ ਆਪਾਂ ਇਹ ਬੇਨਤੀ ਕਰਦੇ ਆਂ ਵੀ ਭਾਈ ਅਮਰਤਪਾਲ ਸਿੰਘ ਜਰਾਂ ਨੂੰ ਇੱਥੇ ਆਉਣ ਦੀ ਲੋੜ ਨਾ ਪਵੇ ਪ੍ਰਸ਼ਾਸਨ ਆਪਣੇ ਆਪ ਹੀ ਕਾਰਵਾਈ ਕਰ ਦੇ ਤੇ ਵਧੀਆ ਗੱਲ ਆ ਵੈਸੇ ਪ੍ਰਸ਼ਾਸਨ ਦਾ ਕੰਮਕਾਰ ਬਣਦਾ ਹੀ ਜਦੋਂ ਇਸ ਨੇ ਦਰਬਾਰ ਸਾਹਿਬ ਦੀ ਅਥਕਥਨੀ ਬੜੇ ਮਾੜੇ ਭੱਦੇ ਸ਼ਬਦ ਵਰਤੇ ਸੀ ਉਦੋਂ ਹੀ ਉਹਨੂੰ ਨੱਥ ਪਾ ਕੇ ਉਦੋਂ ਹੀ ਹੱਥ ਕੜੀਆਂ ਲਾਉਣੀਆਂ ਚਾਹੀਦੀਆਂ ਸੀ ਪਰ ਉਲਟਾ ਪ੍ਰਸ਼ਾਸਨ ਨੇ ਇਹਨੂੰ ਗਨਮੈਣ ਦਿੱਤੇ ਆ ਜਿੰਨਾ ਕਰਕੇ ਇਹਨਾਂ ਦੀ ਜ਼ੁਬਾਨ ਵੱਧਦੀ ਆ ਤੇ ਮਾੜੇ ਚੰਗੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਉਂਦੇ ਆ ਕਦੇ ਕੋਈ ਦੁ ਦੁੱਕੀ ਤਿੱਕੀ ਦਾ ਬੰਦਾ ਉੱਠ ਕੇ ਕਦੀ ਕਹਿੰਦਾ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਬਾਹਰ ਮਾਰਾਂਗੇ ਤੇ ਕਹਿੰਦੇ ਵੀ ਕਦੀ ਇਹ ਕਹਿੰਦਾ ਵਾ ਇਸੇ ਕਰਕੇ ਹਿੰਦੂਆਂ ਦੇ ਤੇ ਸਿੱਖਾਂ ਦੇ ਵਿੱਚ ਪਾੜ ਕਿਉਂ ਪਾ ਰਹੇ ਆ ਜਿਹੜੇ ਹਜ਼ਾਰਾ ਹਿੰਦੂ ਸਾਨੂੰ ਵੀਰ ਪਿਆਰ ਕਰਦੇ ਤੁਹਾਡੇ ਵਰਗੇ ਕੀ ਗੱਲ ਉਹ ਪਾਕਿਸਤਾਨ ਨੂੰ ਜਾਂ ਬੰਗਲਾਦੇਸ਼ੋਂ ਆਏ ਆ ਜਦੋਂ ਹਿੰਦੂ ਸੰਗਠਨ ਦੂਜਿਆਂ ਨੂੰ ਹਿੰਦੂ ਭਰਾਵਾਂ ਨੂੰ ਸਾਡੇ ਤੋਂ ਕੋਈ ਇਤਰਾਜ਼ ਨਹੀਂ ਉਹ ਸਾਨੂੰ ਪਿਆਰ ਕਰਦੇ ਆ ਉਦੋਂ ਇਹ ਚੌਧਰੀਆਂ ਚੌਧਰਾ ਦੇ ਭੁੱਖੇ ਆਪਣੇ ਆਪ ਨੂੰ ਹਿੰਦੂਆਂ ਦੇ ਲੀਡਰ ਮੰਨਦੇ ਆ ਤੇ ਪ੍ਰਸ਼ਾਸਨ ਨੂੰ ਇਹੋ ਹੀ ਆ ਵੀ ਤੁਹਾਡੇ ਤੋਂ ਆਪਾਂ ਇਹੋ ਉਮੀਦ ਕਰਦੇ ਆਂ ਵੀ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਵੀ ਦਿੱਤਾ ਆ ਪਰ ਆਪਾਂ ਇਸੇ ਕੱਲੇ ਭਰੋਸੇ ਤੇ ਨਹੀਂ ਰਹਿਣਾ ਆਪਾਂ ਉਹਨਾਂ ਤੱਕ ਇੱਥੇ ਮੋਰਚਾ ਪੱਕਾ ਲਾ ਕੇ ਰੱਖਾਂਗੇ ਜਿੰਨਾ ਤੱਕ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਹੱਥਕੜੀਆਂ ਨਾ ਲੱਗੀਆਂ ਤੇ ਇਹਨੂੰ ਪਾਪੀ ਨੂੰ ਦੁਸ਼ਟ ਨੂੰ ਜੇ ਇਹਨੂੰ ਇਨੂੰ ਨਾ ਸਜ਼ਾ ਦਿੱਤੀ ਗਈ ਤੇ ਫਿਰ ਖਾਲਸਾ ਆਪਣੀਆਂ ਰੋ ਰੀਤਾ ਦੇ ਮੁਤਾਬਕ ਜਿਹੜੀ ਸਜ਼ਾ ਦੇਵੇਗਾ। ਅਸੀਂ ਸੋਨਾ ਗਲਬਤ ਕਰਕੇ ਆਏ ਹੋ ਕੀ ਸ਼ਸ਼ਸ਼ਤਾ ਕੀ ਗੈਰ ਹੁਣ ਕਿ ਐਸਐਸਪੀ ਸਾਹਮਣੇ ਦਿੱਤਾ ਵਾ ਐਸਐਸਪੀ ਸਾਹਮਣੇ ਸਾਰਿਆਂ ਦਾ ਸਤਿਕਾਰ ਕੀਤਾ ਵਾ ਤੇ ਕਿਹਾ ਵੀ ਤੁਹਾਡੇ ਆਪਾਂ ਨਾਲ ਸਾਡੇ ਵੀ ਹਿਰਦੇ ਬਲੁੰਦੇ ਨੇ ਵੀ ਇਹ ਤੁਹਾਡੇ ਭਾਵਨਾ ਦੇ ਨਾਲ ਠੇਸ ਜਿਹੜੀ ਆ ਉਹ ਸਾਨੂੰ ਵੀ ਆਪਾਂ ਪੂਰੇ ਹੈਗੇ ਆ ਆਪਣਾ ਤੁਹਾਡੇ ਨਾਲ ਸਹਿਮਤ ਵਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜਾਕਾ ਸਮਾਂ ਚਾਹੀਦਾ ਆ ਆਪਾਂ ਜ਼ਰੂਰ ਕਾਰਵਾਈ ਕਰਾਂਗੇ ਤੇ ਸਾਨੂੰ ਵੀ ਉਮੀਦ ਆ ਵੀ ਉਹ ਕਾਰਵਾਈ ਕਰਨਗੇ। ਜੇ ਨਾਕ ਕਾਰਵਾਈ ਹੁੰਦੀ ਫਿਰ ਅਗਲਾ ਸੰਘਰਸ਼ ਆਪਾਂ ਦੁਬਾਰਾ ਤੁਹਾਨੂੰ ਨੋਟਸ ਕਰ ਦਿੱਤਾਗੇ ਕਿੰਨਾ ਸਮਾਂ ਦਿੱਤਾ ਗਿਆ ਤੇ ਕਦੋਂ ਹੀ ਮੋੜ ਚੁੱਕੇ ਜਾਵਾਂ ਆਪਾਂ ਤੇ ਸਮਾਂ ਦਿੱਤਾ ਹੀ ਨਹੀਂ ਇਹਨਾਂ ਨੂੰ ਪਰ ਫਿਰ ਵੀ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੇ ਕੋਲ ਸਮਾਂ ਮੰਗਿਆ ਫਿਰ ਵੀ ਆਪਾਂ ਕਹਿੰਦੇ ਚਲੋ 5-7 ਘੰਟੇ ਦਾ ਤੁਸੀਂ ਲੈ ਲਓ ਉਸ ਤੋਂ ਬਾਅਦ ਜਿਹੜਾ ਵੱਡਾ ਸੰਘਰਸ਼ ਮਿੱਥਿਆ ਜਾਵੇਗਾ ਉਹ ਤੁਹਾਨੂੰ ਵੱਡਾ ਸੰਘਰਸ਼ ਜਿਹੜਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਕੀ ਮਿੱਥੇਗਾ ਫਿਰ ਇੱਥੇ ਸੰਗਤਾਂ ਫਿਰ ਹਜੂਮ ਇਕੱਠਾ ਹੋਵੇਗਾ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ ਹੁੰਦਾ ਵਾ ਜਿਉ ਹੁਣ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਹੁਣ ਆਏ ਆ ਇਹ ਪਾਪੀ ਦੁਸ਼ਟ ਨੂੰ ਹੁਣ ਇਹਨੂੰ ਭੇਜ ਕੇ ਜੇਲ੍ਹ ਦੇ ਵਿੱਚ ਭੇਜ ਕੇ ਇਹਨੂੰ ਸਜ਼ਾ ਦਿਵਾ ਕੇ ਤੇ ਫੇਰ ਇੱਕੇ ਪਾਸੇ ਜਾਣਗੇ ਹਰ ਕੋਈ ਹਰ ਕੋਈ ਬਿਆਨ ਜਿਹੜਾ ਦੇ ਦਿੰਦਾ ਵਾ ਦੁਕੀ ਕੀ ਬਿਆਨ ਦੇ ਦਿੰਦਾ ਉਹਦੇ ਬਾਰੇ ਇਹ ਪੰਜਾਣਾ ਚੱਲੇ ਮੋਚਾ ਇੱਥੇ ਲੱਗਿਆ ਬਿਲਕੁਲ ਬਿਲਕੁਲ ਸਿੰਘ ਉੱਥੇ ਉਹਨਾਂ ਤੱਕ ਇੱਥੇ ਇਕੱਤਰ ਰਹਿਣਗੇ ਜਿੰਨਾ ਤੱਕ ਇਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਬਸ ਤੇ ਆਪਾਂ ਪ੍ਰਸ਼ਾਸਨ ਨੂੰ ਇਹ ਘੰਡੇ ਤੱਕ ਇਹ ਕਹਿ ਦੇਣਾ ਵਾ ਵੀ ਜ਼ੋਰ ਪਾ ਦੇਣਾ ਵਾ ਵੀ ਇਹਨੂੰ ਲਿਆਓ ਤੇ ਇੱਥੇ ਹੱਥਕੜੀਆਂ ਲਾ ਕੇ ਤੇ ਇਹਨੂੰ ਜੇਲ੍ਹ ਦੇ ਵਿੱਚ ਸੁੱਟੋ ਤੇ 295 ਧਾਰਾ ਜਿਹੜੀ ਲੱਗਦੀ ਆ ਮਾਦਿਆਂ ਨਜ਼ਰ ਰੱਖਦੇ ਹੋਏ ਇਹਨੂੰ ਕਾਨੂੰਨੀ ਕਾਰਵਾਈ ਠੋਸ ਇਹਦੇ ਉੱਤੇ ਕੋ ਸਿੱਖ ਜਿਹੜੇ ਹੋਰ ਮਾਰਾਂ ਤੇ ਉਤਰ ਜਾਂਦੇ ਇੱਥੇ ਫੇਰ ਸਾਡੇ ਬਾਪੂ ਦੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਵਾ ਇਹ ਚੀਜ਼ ਜਿਹੜੀ ਆ ਨਾ ਬਰਦਾਸ਼ਤ ਕਰਨਯੋਗ ਤੇ ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਇਹ ਇਹਦੇ ਮਤਲਬ ਕਿ ਏਜੰਸੀਆਂ ਦਾ ਹੱਥ ਤਾਂ ਨਹੀਂ ਕਿਤੇ ਏ ਤੇ ਹੁਣ ਪ੍ਰਸ਼ਾਸਨ ਜਾਣਦਾ ਵਾ ਤੇ ਜੇ ਜਿਹੜੇ ਇਹਨਾਂ ਕੋਲ ਕਰਾ ਰਹੇ ਤੇ ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਗਨਮੈਨ ਜਿਹੜਾ ਨੇ ਹਾਇਰ ਕਰਕੇ ਦਿੱਤੇ ਇਹ ਤੇ ਉਹ ਹੀ ਜਾਣਦੇ ਆ ਤੇ ਪ੍ਰਸ਼ਾਸਨ ਜਿਹੜਾ ਵਾ ਬਣਦੀ ਕਾਰਵਾਈ ਕਰੇ ਨਹੀਂ ਤੇ ਫਿਰ ਬਾਰਸ ਪੰਜਾਬ ਦੀ ਜੱਥੇਬੰਦੀ ਤੇ ਸਮੂਹ ਜੱਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਮਿੱਥਿਆ ਜਾਵੇਗਾ ਨਹੀਂ ਕਹਿਣਾ ਚਾਹੁੰਦਾ ਕਿ ਉਸ ਦਿਨ ਜੋ ਇੱਕ ਟਿੱਪਣੀ ਬੜੀ ਵਾਇਰਲ ਹੋ ਰਹੀ ਹੈ ਮੈਨੂੰ ਕੱਲ ਪਤਾ ਲੱਗਿਆ ਸੀਗਾ ਕੱਲ ਨੂੰ ਕਿਸੇ ਦਾ ਫੋਨ ਆਇਆ ਸੀਗਾ ਕਿ ਤੇਰੇ ਅਸਾਂ ਕਰਕੇ ਜੋ ਗਲਤ ਸ਼ਬਦ ਬੋਲੇ ਗਏ ਨੇ ਔਰ ਜਦੋਂ ਮੈਂ ਦੇਖਿਆ ਤੇ ਬਿਲੀਵ ਕਰਨਾ ਕਿ ਮੈਨੂੰ ਖੁਦ ਨੂੰ ਬੁਰਾ ਲੱਗਿਆ ਇਹ ਪਤਾ ਨਹੀਂ ਕਿਸ ਟਾਈਮ ਮੇਰੇ ਕੋਲ ਇਸ ਤਰ੍ਹਾਂ ਬੋਲਿਆ ਗਿਆ ਉਹਦਾ ਕਾਰਨ ਕੀ ਸੀਗਾ ਕਿ ਜਦੋਂ ਬੰਦ ਦੀ ਕਾਲ ਦਿੱਤੀ ਸੀਗਾ ਤੇ 10 ਦਿਨ ਪਹਿਲੇ ਦੀ ਗੱਲ ਹੈ ਜਦੋਂ ਅਸੀਂ ਬੰਦ ਦੀ ਕਾਲ ਦਿੱਤੀ ਸੀ ਉਸ ਵੇਲੇ ਜਿਹੜਾ ਧਿਆਨ ਸੀਗਾ 10 ਜਗ੍ਹਾ ਦੇ ਉੱਪਰ ਸੀਗਾ ਕਿਉਂਕਿ ਉਸ ਪਬਲਿਕਲੀ ਆਪਾਂ ਜਾ ਰਹੇ ਸੀਗੇ ਤੇ ਉਸ ਵੇਲੇ ਮੈਨੂੰ ਪ੍ਰਸ਼ਾਸਨ ਨੂੰ ਵੱਲੋਂ ਕਿਹਾ ਗਿਆ ਸੀ ਹੋ ਸਕਦਾ ਹੈ ਕਿ ਤੇਰੇ ਤੇ ਅਟੈਕ ਹੋ ਜਾਏ ਉਸ ਵੇਲੇ ਬਚਣਾ ਵੀ ਸੀਗਾ ਉਸ ਵੇਲੇ ਬੰਦ ਵੀ ਕਰਵਾਉਣਾ ਸੀਗਾ ਆਪਣੇ ਸਾਥੀਆਂ ਨਾਲ ਤਾਲਮੇਲ ਵੀ ਕਰਨਾ ਸੀਗਾ ਪ੍ਰਸ਼ਾਸਨ ਨਾਲ ਤਾਲਵੀਂ ਕਰਨਾ ਸੀਗਾ ਸੋ ਧਿਆਨ ਜਿਹੜਾ ਬੜੀ ਜਗ੍ਹਾ ਦੇ ਉੱਪਰ ਸੀਗਾ ਔਰ ਜਿਹੜਾ ਅਸੀਂ ਵਰਡ ਵਿੱਚ ਬੋਲਿਆ ਗਿਆ ਕਿ ਅਸੀਂ ਜਾ ਕੇ ਅਟੈਕ ਕਰਾਂਗੇ ਹੈਰਾਨੀ ਵਾਲੀ ਗੱਲ ਆ ਕਿ ਮੈਂ ਕਿਸਾ ਬੋਲ ਸਕਦਾ ਹਾਂ ਇਸ ਤਰ੍ਹਾਂ ਕਾਰਨ ਕੀ ਹੈ ਕਿ ਅਸੀਂ ਤੇ ਖੁਦ ਹਰਮੰਦਰ ਸਾਹਿਬ ਦੇ ਮਰਕੀ ਸਾਡੇ ਅਨਯਾਈ ਆ ਅਸੀਂ ਉਹਨਾਂ ਦੇ ਕਾਰਨ ਹੈ ਕਿ ਮੇਰਾ ਨਾਂ ਖੁਦ ਹਰਮਿੰਦਰ ਜਿਹੜਾ ਮੇਰਾ ਨਾਮ ਹੈ ਉਹ ਵੀ ਹਰਮੰਦਰ ਸਾਹਿਬ ਤੋਂ ਹੀ ਲਿਆ ਗਿਆ ਉਹ ਤੋਂ ਹੀ ਮੇਰਾ ਨਾਮ ਨਿਕਲਿਆ ਸੀਗਾ ਸੋ ਅਸੀਂ ਤੇ ਹਮੇਸ਼ਾ ਜਦੋਂ ਸਾਡੇ ਬੰਬੇ ਤੋਂ ਸਾਡੇ ਸਾਥੀ ਆਉਂਦੇ ਨੇ ਕੋਈ ਮੰਤਰੀ ਘਣ ਆਉਂਦੇ ਨੇ ਅਸੀਂ ਖੁਦ ਜਾ ਕੇ ਉੱਥੇ ਉਹਨੂੰ ਕਹਿੰਦੇ ਕਿ ਸਪੈਸ਼ਲੀ ਕਹਿੰਦੇ ਕਿ ਜਾ ਕੇ ਉੱਥੇ ਪਹਿਲਾਂ ਮਥਾੜੇ ਕੋ ਉਹਨੂੰ ਖਤਮ ਕਰੋ ਇਹਨੂੰ ਕਾਰਨ ਕੀ ਹੈਗਾ ਕਿ ਅਸੀਂ ਅੱਜ ਉਹਨੂੰ ਆਪਾਂ ਵਧਾਨਾ ਹੈ ਨਾ ਕਿ ਉਹਨਾਂ ਦੇ ਵਿੱਚ ਪਾੜ ਪੈਦਾ ਕਰਨਾ ਤੇ ਇਹ ਜੇ ਮੰਨ ਲਓ ਕਿ ਕਿਸੇ ਦੀ ਉਹ ਟੰਗ ਸਲਿੱਪ ਹੋਈ ਗਈ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਇੱਕ ਬੜਾ ਬਣਾ ਕੇ Hindu Sikh ਦਾ ਇੱਕ ਵਿਵਾਦ ਪੈਦਾ ਕਰ ਦਿੱਤਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਪਰ ਬਣਾ ਬਣਾ ਕੇ ਆਪਣੇ ਪੰਜਾਬ ਦਾ ਮਾਹੌਲ ਖਰਾਬ ਕਰ ਦਈਏ ਇਹ ਗਲਤ ਹੈ ਤੇ ਮੈਂ ਪ੍ਰਸ਼ਾਸਨ ਦੇ ਨਾਲ ਆ ਔਰ ਮੈਂ ਇਹ ਕਹਿ ਰਿਹਾ ਕਿ Hindu Sikh ਨੂੰ ਦੋਨਾਂ ਨੂੰ ਕਿਉਂਕਿ ਉਹ ਧਾਰਮਿਕ ਸਥਾਨ ਜਿਹੜਾ ਵਾ ਉਹ ਕਹਿੰਦੇ ਸਿੱਖਾਂ ਦਾ ਨਹੀਂ ਹੈ ਉਹ ਹਿੰਦੂਆਂ ਦਾ ਵੀ ਨਾਲੋਂ ਈ ਹੈ ਜਿੰਨਾ ਸਿੱਖਾਂ ਦਾ ਤੇ ਇਸ ਲਈ ਉਹ ਦੋਨਾਂ ਦੀ ਜੇਕਰ ਕੋਈ ਠੇਸ ਪਹੁੰਚੀ ਹੈ ਤਾਂ ਆਮ ਐਕਸਟ੍ਰੀਮਲੀ ਵੈਰੀ ਵੈਰੀ ਸੌਰੀ ਮੈਂ ਇਹ ਰਿਪੀਟ ਨਹੀਂ ਕਰਨਾ ਚਾਹੁੰਦਾ ਨਾ ਮੈਂ ਬੋਲਣਾ ਚਾਹਨਾ ਸੀਗਾ ਸ਼ਬਦ ਬੋਲੇਗੇ ਅਸੀਂ ਵਰਡ ਵਿੱਚ ਆ ਗਿਆ ਉਹ ਗਲਤ ਸੀਗਾ